ਏਬੀਸੀ ਪੰਜਾਬ ਦੇ ਖਾਸ ਬਲਟਨ ਸਰਕਾਰ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੇਖਦੇ ਆਂ ਕਿ ਪੰਜਾਬ ਸਰਕਾਰ ਵੱਲੋਂ ਕਿਹੜੇ ਕਿਹੜੇ ਕੀਤੇ ਗਏ ਨੇ ਵੱਡੇ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਂਝੇ ਤੌਰ ਤੇ ਅੰਮ੍ਰਿਤਸਰ ਤੇ ਜਲੰਧਰ ਚ ਕੀਤਾ ਗਏ ਵਪਾਰੀਆਂ ਦੇ ਨਾਲ ਮੁਲਾਕਾਤ ਸਰਕਾਰ ਸੰਤਕਾਰ ਮਿਲਣ ਦੇ ਦੌਰਾਨ ਮਾਝੇ ਦੇ ਉੱਗੇ ਸੰਤਕਾਰਾਂ ਤੇ ਉਦਮੀਆਂ ਨੇ ਸੂਬਾ ਸਰਕਾਰ ਦੇ ਉਪਰਾਲਿਆਂ ਨੂੰ ਸਲਾਹਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਜੋ ਹੋਏ ਸ਼ਹੀਦ ਕਰਨਲ ਮਨਦੀਪ ਸਿੰਘ ਤੇ ਹੋਰਾਂ ਨੂੰ ਲੈ ਕੇ ਕੀਤਾ ਦੁੱਖ ਸਾਂਝਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਰੋਡਵੇਜ ਕਰਮਚਾਰੀਆਂ ਦੀ ਬੈਠਕ ਹੁਣ 29 ਤਰੀਕ ਨੂੰ ਫਾਜ਼ਿਲਕਾ ਚ ਬੰਦ ਕੀਤੇ ਗਏ ਦੋ ਹੋਰ ਟੋਲ ਪਲਾਜ਼ਾ ਪਟਿਆਲਾ ਵਿਖੇ ਮਜ਼ਦੂਰਾਂ ਨੂੰ ਲੈ ਕੇ ਕੀਤੀ ਗਈ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਮੀਟਿੰਗ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਦੀ ਜ਼ਿਲਾਂ ਵਿੱਚ ਸਨਤਕਰ ਨੂੰ ਤੇਜ਼ ਕੀਤਾ ਜਾਵੇਗਾ ਇੱਥੇ ਪਹਿਲੀ ਸਰਕਾਰ ਸਨਤਕਰ ਮਿਲਣੀ ਦੌਰਾਨ ਸਨਤਕਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਸਰਦੀ ਖੇਤੀ ਵਿੱਚ ਸਨਰਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਸਰਦੀ ਖੇਤਰ ਵਿੱਚ ਬਾਰਡਰ ਆਈਡੈਂਟੀਫਿਕੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ ਸਬੰਧੀ ਪ੍ਰਕਿਰਿਆ ਵਿੱਚ ਛੋਲਡਿੰਦੀਆਂ ਤਬਦੀਲੀਆਂ ਵੀ ਕੀਤੀਆਂ ਜਾਣਗੀਆਂ ਮੁੱਖ ਮੰਤਰੀ ਕਹਿੰਦੇ ਕਿ ਇਸ ਨਾਲ ਸੂਬੇ ਦੇ ਖਾਸ ਤੌਰ ਤੇ ਸਰਦਦੀ ਖੇਤਰ ਵਿੱਚ ਸੂਬੇ ਦੇ ਵਿਕਾਸ ਨੂੰ ਵੱਡਾ ਹਲਾਰਾ ਦੇਣ ਵਿੱਚ ਮਦਦ ਮਿਲੇਗੀ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਗਵਾਈ ਹੇਠ ਜਿਹੜੀ ਇਸ ਮਿਲਣੀ ਦੀ ਸ਼ੁਰੂਆਤ ਮੌਕੇ ਜੰਮੂ ਕਸ਼ਮੀਰ ਆਤਵਾਦੀ ਹਮਲੇ 'ਚ ਪੰਜਾਬ ਦੇ ਕਰਨਲ ਮਨਪੀਰ ਸਿੰਘ ਸਮੇਤ ਹੋਰ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਇਸ ਤੋਂ ਬਾਅਦ ਮੁੱਖ ਮੰਤਰੀ ਕਹਿੰਦੇ ਚੋਣਾਂ ਦੀ ਤਿਆਰੀ ਦੌਰਾਨ ਉਹਨਾਂ ਸਨਤਕਰਾਂ ਨੂੰ ਕਈ ਗਾਰੰਟੀਆਂ ਦਿੱਤੀਆਂ ਸਨ ਉਨਾ ਕਿਹਾ ਕਿ ਹੁਣ ਸਰਕਾਰ ਬਣੀ 18 ਮਹੀਨੇ ਹੋਣ ਮਗਰ ਉਹ ਵੱਖ-ਵੱਖ ਖੇਤਰਾਂ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਲਈ ਇੱਥੇ ਆਏ ਨੇ ਭਗਵੰਤ ਮਾਨ ਇਹ ਵੀ ਕਹਿ ਗਏ ਸੂਬੇ ਵਿੱਚ ਸੰਤਤ ਨੂੰ ਸੂਲਤ ਦੇ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਸੀਮ ਨੇ ਵੀ ਕਹਿ ਗਏ ਖੇਤੀਬਾੜੀ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੀ ਤਰਜੁਤੇ ਸੂਬਾ ਸਰਕਾਰ ਅਦਜੋਗ ਕਈਆਂ ਨੂੰ ਨਹਿਰੀ ਪਾਣੀ ਦੀ ਤਰਕ ਸੰਗਤ ਵਰਤੋਂ ਯਕੀਨੀ ਬਣਾਏਗੀ ਉਹਨਾਂ ਕਿਹਾ ਕਿ ਉਦਯੋਗ ਦੇ ਕੰਮ ਕਾਜ ਨੂੰ ਸੁਚਾਰੂ ਬਣਾਉਣ ਲਈ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਕਿਹਾ ਗਿਆ ਸੰਨਤਕਾਰਾਂ ਦੀਆਂ ਲੋੜਾਂ ਮੁਤਾਬਕ ਸੰਨਤਾ ਲਈ ਨੀਤੀਆਂ ਵੀ ਬਣਾਈਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਸੰਨਤਾ ਜੋ ਵੀ ਮੰਗ ਕਰਨਗੇ ਸੂਬਾ ਸਰਕਾਰ ਉਹ ਮੰਗਾ ਛੇਤੂਤ ਛੇਤੀ ਪੂਰਾ ਕਰੇਗੀ ਉਨ੍ਹਾਂ ਵੀ ਕਿਹਾ ਕਿ ਖਿੱਤੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹਲਾਰਾ ਦੇਣ ਲਈ ਇਹ ਸਮੇਂ ਦੀ ਲੋੜ ਹੈ ਮੁੱਖ ਮੰਤਰੀ ਐਲਾਨ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਰਜਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਸਮਰਪਿਤ ਫੋਰਸ ਤਿਆਰ ਕੀਤੀ ਜਾਵੇਗੀ ਉਹਨਾਂ ਕਹੇ ਕਿ ਅੰਮ੍ਰਿਤਸਰ ਚ ਰਜਾਨਾ ਤਕਰੀਬਨ 1 ਲੱਖ ਸ਼ਰਧਾਲੂ ਆਉਂਦੇ ਨੇ ਅਤੇ ਉਹਨਾਂ ਦੀ ਲੋੜਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਫੋਰਸ ਦੀ ਲੋੜ ਹੈ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਸਮਰਪਿਤ ਇਕਾਈ ਦੀ ਵੱਖਰੀ ਵਰਦੀ ਹੋਵੇਗੀ ਤਾਂ ਕਿ ਉਹਨਾਂ ਦੀ ਆਸਾਨੀ ਨਾਲ ਪਛਾਣ ਹੋ ਸਕੇ ਮੁੱਖ ਮੰਤਰੀ ਅਗਾਮੀ ਦਿਨਾਂ ਵਿੱਚ ਇਸ ਪਵਿੱਤਰ ਸ਼ਹਿਰ ਵਿੱਚ ਸ਼ਟਲ バス ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਉਹਨਾਂ ਇਸ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਾਉਣ ਵਿੱਚ ਮਦਦ ਮਿਲੇਗੀ ਜਿਸ ਨਾਲ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ ਭਗਵੰਤ ਮਾਨ ਨੇ ਕਹਿ ਕੇ ਅੰਮ੍ਰਿਤਸਰ ਨੂੰ ਸਿਰ ਸਪਾਟੇ ਦੇ ਗੜਬਜੋ ਹੋਰ ਵਿਕਸਿਤ ਕਰਨ ਲਈ ਇਹ ਸਮੇਂ ਦੀ ਲੋੜ ਹੈ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਪੁਲਿਸ ਤੇ ਟ੍ਰੈਫਿਕ ਮੈਨੇਜਮੈਂਟ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਵੀ ਤਿਆਰੀ ਵਿੱਚ ਹੈ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੀ ਭਲਾਈ ਲਈ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਵਿਗਿਆਨਕ ਲੀਨ ਉਤੇ ਢਾਲਣ ਵਿੱਚ ਮਦਦ ਕਰੇਗਾ ਭਗਵੰਤ ਮਾਨ ਨੇ ਕਹਿ ਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਉਣ ਵਾਲੇ ਲੋਕਾਂ ਦੀ ਭਲਾਈ ਲਈ ਹਰੇਕ ਕਦਮ ਚੁੱਕਿਆ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਨਜੋਗ ਪੱਤੀਆਂ ਕਿਸੇ ਵੀ ਸਰਕਾਰ ਉੱਤੇ ਉਸ ਵੇਲੇ ਭਰੋਸਾ ਕਰਦੇ ਨੇ ਜਦੋਂ ਉਹਨਾਂ ਲਈ ਪ੍ਰਸ਼ਾਸ ਚਾਰ ਮੁਕਤਾ ਸ਼ਾਸਨ ਅਪਰਾਧ ਮੁਕਤ ਮੌਲ ਅਤੇ ਅਮਨ ਕਾਨੂੰਨ ਦੀ ਠੁਕਵੀਂ ਵਿਵਸਥਾ ਹੋਵੇ ਮੁੱਖ ਮੰਤਰੀ ਕਹਿੰਦੇ ਕਿ ਉਹਨਾਂ ਦੀ ਸਰਕਾਰ ਨੇ ਲੋਕਾਂ ਵੱਲੋਂ ਦਿੱਤੇ ਜਾਂਦੇ ਟੈਕਸਾਂ ਦੇ ਬਦਲੇ ਉਹਨਾਂ ਨੂੰ ਠੁਕਵੇਂ ਲਾਭ ਦਿੱਤੇ ਹਨ ਅਤੇ ਟੈਕਸ ਦੇ ਇੱਕ ਇੱਕ ਪੈਸੇ ਦੀ ਵਰਤੋਂ ਸਮਾਜ ਦੇ ਭਲੇ ਲਈ ਕੀਤੀ ਜਾ ਰਹੀ ਹੈ ਸੀਐਮ ਨੇ ਕਿਹਾ ਕਿ ਜਦੋਂ ਤੱਕ ਅਮਨ ਕਾਨੂੰਨ ਵਿਵਸਥਾ ਦਾ ਸਵਾਲ ਅਧਿయోగਪਤ ਦੇ ਕਦੇ ਵੀ ਹਸਤਾ ਗ੍ਰਿਸ਼ਤ ਥਾਮੋਤੇ ਨਹੀਂ ਜਾਣਗੇ ਪਰ ਦੂਜੇ ਪਾਸੇ ਸਨਤਕਾਰਾਂ ਨੇ ਪੰਜਾਬ ਸਰਕਾਰ ਵਿੱਚ ਭਰੋਸਾ ਪ੍ਰਗਟ ਕੀਤਾ ਤੇ ਵੱਡੀ ਗਿਣਤੀ ਵਿੱਚ ਸਨਤ ਪੰਜਾਬ ਆ ਰਹੀ ਹੈ। ਸੀਐਮ ਨੇ ਕਿਹਾ ਕਿ ਸਰਕਾਰ ਦੇ ਸੰਜੀਦਾ ਜਤਕਾਂ ਸਦਕੇ ਸੂਬੇ ਵਿੱਚ 50840 ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ। ਉਹਨਾਂ ਕਹਿੰਦੇ ਕਿ ਟਾਟਾ ਸਟੀਲ ਨੇ ਜਮਸ਼ੀਰਪੁਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਿਵੇਸ਼ ਪੰਜਾਬ ਵਿੱਚ ਕੀਤਾ। ਇਸ ਤੇ ਇਸ ਤਰ੍ਹਾਂ ਜਿੰਦਲ ਸਟੀਲ, ਬਰਬੀਓ, ਕਲਾਸ ਟਾਫੇ, ਹਿੰਦੁਸਤਾਨ ਲੀਵਰ ਸਮਿਧ ਕਈ ਵੱਡੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਪੁਗਵੰਤ ਮਾਨ ਨੇ ਕਿਹਾ ਕਿ ਇਸ ਨਵੀਂ ਸਨਵੇਸ਼ ਨਾਲ ਸੂਬੇ ਦੇ ਸਵਾ ਦੋ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਖੇ 50 ਸੌ ਏਕੜ ਰਕਬੇ ਵਿੱਚ ਸੈਲੀਬ੍ਰੇਸ਼ਨ ਪੁਆਇੰਟ ਖੁਸ਼ੀਆਂ ਵਾਲੇ ਸਮਾਗਮ ਕਰਵਾਉਣ ਲਈ ਵਿਸ਼ੇਸ਼ ਥਾਂ ਸਥਾਪਿਤ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਇਸ ਜਗ੍ਹਾ ਉੱਤੇ ਅਜੇ ਸਮਾਗਮਾਂ ਲਈ ਬੈਂਕਵੈਟ ਹਾਲ ਬਣਾਏ ਜਾਣਗੇ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਸਾਇਸ ਪਾਟੇ ਨੂੰ ਪ੍ਰਫੁੱਲਤ ਕਰਨ ਲਈ ਇਹ ਪੁਆਇੰਟ ਬਹੁਤ ਕਾਰਗਰ ਸਾਬਤ ਹੋਣਗੇ ਉਨਾ ਨੇ ਵੀ ਕਹੇ ਕਿ ਸਵੇਰੇ ਨਿਹਾਲ ਹੀ ਸੈਰਸਪਾਟਾ ਸੰमेलन ਕਰਵਾਇਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਨਿਵੇਸ਼ਕਾਰਾਂ ਨੇ ਸੂਬੇ ਵਿੱਚ ਲਗਭਗ 1200 ਤੋਂ ਲੈ ਕੇ 1500 ਰੁਪਏ ਦਾ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ ਤੇ ਸੀਐਮ ਨੇ ਕਿਹਾ ਕਿ ਨਿਵੇਸ਼ ਸੂਬੇ ਨੂੰ ਕਮਾਂਤਰੀ ਸਾਇਸਪਾਟੇ ਦੇ ਨਕਸ਼ੇ ਉੱਤੇ ਹੋਰ ਅਬਾਰੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਕੀਤੇ ਜਾ ਰਹੇ ਵੱਡੇ ਉਪਰਾਲਿਆਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਹੈ। ਅੰਮ੍ਰਿਤਸਰ ਵਿਖੇ ਸਰਕਾਰ ਸੰਨਤਕਰ ਮਿਲਿਦਰਨ ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹੁਣ ਹਰੇਕ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ। ਉਹਨਾਂ ਕਹਿੰਦੇ ਕਿ ਪੰਜਾਬ ਨੂੰ ਭਗਵੰਤ ਮਾਨ ਦੇ ਰੂਪੇ ਸੂਬੇ ਦਾ ਸਭ ਤੋਂ ਵਧੀਆ ਤੇ ਕਾਬਲ ਮੁੱਖ ਮੰਤਰੀ ਮਿਲਿਆ। ਰਵਿੰਦ ਕੇਜਰੀਵਾਲ ਨੇ ਕਹੇ ਕਿ ਪੰਜਾਬ ਰੇ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਜਿਸ ਦਾ ਕੋਈ ਇਸਾਨੀ ਨਹੀਂ ਹੈ ਦਿੱਲੀ ਦੇ ਮੁੱਖ ਮੰਤਰੀ ਕਹਾਂਗੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਲੰਘੇ ਦਿਨ ਅਸੀਂ ਸੂਬੇ ਦੇ ਪਹਿਲੇ ਸਰਕਾਰੀ ਹਾਈ ਟੈਕ ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕਰਕੇ ਇਤਿਹਾਸ ਸਿਰਜਾਂਗੇ ਅਸੀਂ ਸਾਰੇ ਸਕੂਲਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਨਾਲ ਅਤੀ ਆਧੁਨਿਕ ਸਕੂਲਾਂ ਵਿੱਚ ਤਬਦੀਲ ਕਰਾਂਗੇ ਉਹਨਾਂ ਕਹਾਂਗੇ ਸਨਤਕਾਰਾਂ ਨਾਲ ਅਜਿਹੇ ਮਿਲਣੀਆਂ ਰਾਈ ਅਸੀਂ ਅਦਜੋਗ ਦੇ ਸਾਰੇ ਮਸਲੇ ਹੱਲ ਕਰਾਂਗੇ ਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੀਤੇ ਸਮੇਂ 882 ਸਟੀਲ ਫਾਉਂਡਰੀ ਯੂਨਿਟ ਹੁੰਦੇ ਸਨ ਪਰ ਹੁਣ ਪਿਛਲੀਆਂ ਸੂਬਾ ਸਰਕਾਰ ਦੇ ਨਕਾਮੀਆ ਕਾਰਨ ਸਿਰਫ 126 ਯੂਨਟਾਂ ਕੰਮ ਕਰ ਰਹੀਆਂ ਹਨ ਦਿੱਲੀ ਦੇ ਮੁੱਖ ਮੰਤਰੀ ਨੇ ਵਾਦਾ ਕੀਤਾ ਕਿ ਪੰਜਾਬ ਸਰਕਾਰ ਆਪਣੀ ਉਦਯੋਗਪੱਖੀ ਨੀਤੀਆਂ ਨਾਲ ਇਹਨਾਂ ਦੀ ਗਿਣਤੀ 2000 ਯੂਨਟਾਂ ਤੱਕ ਲੈ ਕੇ ਜਾਵੇਗੀ ਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਅੱਜ ਵੀ ਯਾਦ ਹੈ ਕਿ ਆਮ ਆਦਮੀ ਪਾਰਟੀ ਨੇ ਇਸੇ ਜਗ੍ਹਾ ਉੱਤੇ ਚੋਣਾਂ ਤੋਂ ਪਹਿਲਾਂ ਉਦਯੋਗਪਤੀਆਂ ਨਾਲ ਬਹੁਤ ਸਾਰੀਆਂ ਗਾਰੰਟੀਆਂ ਦਾ ਵਾਅਦਾ ਕੀਤਾ ਸੀ ਉਹਨਾਂ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਸਨਤਕਾਰਾਂ ਨੂੰ ਦਿੱਤੀ ਹਰੇਕ ਗਾਰੰਟੀ ਪੂਰਾ ਕਰੇਗੀ ਉਹਨਾਂ ਕਹਿੰਦੇ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਉਦਯੋਗ ਨੂੰ ਤਰਪੇਸ਼ ਸਮੱਸਿਆਵਾਂ ਤੇ ਹੋਰ ਮਸਲਿਆਂ ਬਾਰੇ ਫੀਡਬੈਕ ਲਈ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਸੀ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਕਿ ਇਸ ਫੀਡਬੈਕ ਦੀ ਕੋਸ਼ ਕਰਨ ਤੋਂ ਬਾਅਦ ਉਦਯੋਗ ਪੱਤੀਆਂ ਦੇ ਤਿੰਨ ਮੁੱਖ ਮਸਲੇ ਜਿਨ੍ਹਾਂ ਵਿੱਚ ਬਿਜਲੀ ਸੜਕਾਂ ਦਾ ਬੁਨਿਆਦੀ ਢਾਂਚੇ ਤੇ ਕੰਮਕਾਜ ਨਾਲ ਸੰਬੰਧਿਤ ਹੋਰ ਸਮੱਸਿਆਵਾਂ ਸ਼ਾਮਲ ਹਨ ਉਨਾ ਕਹ ਕੇ ਆਪ ਸਰਕਾਰ ਸਨਤ ਦੇ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਸੁਝਾਉਣ ਲਈ ਵਚਨਬੱਧ ਹੈ ਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਿਛਲੀਆਂ ਸਰਕਾਰਾਂ ਵਾਂਗ ਸਨਤ ਕਰਨ ਅਖੋਤੀ ਐਮਓਯੂ ਨਹੀਂ ਕਰਦੇ ਦਿੱਲੀ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਤੌਰ ਤੇ ਹਰੇਕ ਵੱਡੇ ਅਜੋਪਤੇ ਪਹੁੰਚ ਵੀ ਕੀਤੀ ਸੀ ਤੇ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਆਪ ਸਰਕਾਰ ਸੱਤਾ ਵਿੱਚ ਆਉਣ ਦੇ 1.5 ਸਾਲ ਦੇ ਅੰਦਰ ਸੂਬੇ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਹੋਇਆ ਉਹਨਾਂ ਕਹੇ ਕਿ ਇਹ ਨਿਵੇਸ਼ ਸੂਬੇ ਵਿੱਚ 2.86 ਹਜ਼ਾਰ ਨੋਂ ਕਿੰਨਾ ਪਿਆਦਾ ਕਰੇਗਾ ਪ੍ਰਵਿੰਦ ਕੇਜਰੀਵਾਲ ਨੇ ਕਹੇ ਕਿ ਸੂਬਾ ਸਰਕਾਰ ਉਦਯੋਗ ਲਈ ਸਖਾਵਾਂ ਮਾਹੌਲ ਸਿਰਜ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਹਰੇਕ ਕਦਮ ਚੁੱਕਿਆ ਜਾਵੇਗਾ ਦਿੱਲੀ ਦੇ ਮੁੱਖ ਮੰਤਰੀ ਇਹ ਵੀ ਕਹਿ ਕੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਹਰੇਕ 3 ਮਹੀਨੇ ਬਾਅਦ ਸਨਤਕਾਰਾਂ ਨਾਲ ਅਜਿਹੀਆਂ ਮਿਲਣੀਆਂ ਕਰਵਾਉਣ ਲਈ ਆਖਿਆ ਉਹਨਾਂ ਨੇ ਸੂਬੇ ਵਿੱਚ ਹਰੇ ਰੰਗ ਦਾ ਸਟੈਂਪ ਪੇਪਰ ਸ਼ੁਰੂ ਕਰਨ ਸਿੰਗਲ ਵਿੰਡੋ ਸਿਸਟਮ ਭ੍ਰਿਸ਼ਟਾਚਾਰ ਮੁਕਤ ਮਾਹੌਲ ਸਾਫ਼ ਸੁਥਰਾ ਤੇ ਜਵਾਬਦੇਹ ਵਾਲਾ ਪ੍ਰਸ਼ਾਸਨ ਮਹਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਛਲਾਗਾ ਕੀਤੀ ਰਵਿੰਦ ਕੇਜਰੀਵਾਲ ਨੇ ਕਹੇ ਕਿ ਪੰਜਾਬ ਵੱਲੋਂ 2.75 ਲੱਖ ਐਮ ਐਸ ਐਮਈ ਦੀ ਰਜਿਸਟਰੀ ਕੀਤੀ ਹੈ ਜੋ ਮੁਲਕ ਵਿੱਚ ਹੁਣ ਤੱਕ ਸਭ ਤੋਂ ਵੱਧ ਹੈ। ਦਿੱਲੀ ਦੇ ਮੁਖਮਤ ਦੇ ਵੀ ਕਹੇ ਕਿ ਭਗਵੰਤ ਮੇਰੇ ਛੋਟੇ ਭਰਾ ਹਨ ਤੇ ਸੂਬੇ ਦੀ ਪ੍ਰਾਤਨ ਇਸ਼ਾਨ ਬਹਾਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਮੈਂ ਉਹਨਾਂ ਉੱਤੇ ਬਹੁਤ ਮਾਣ ਕਰਦਾ। ਰਵਿੰਦ ਕੇਜਰੀਵਾਲ ਨੇ ਕਹੇ ਕਿ ਹਰ ਅੰਦਰ ਭਗਵੰਤ ਮਾਨ ਖੁਦ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਕਿਸਤੀ ਰਾਂ ਜਮੀਨੀ ਹਾਲਾਤ ਦਾ ਜਾਇਜ਼ਾ ਲਿਆ ਤੇ ਪੀੜਤ ਲੋਕਾਂ ਦੀ ਰਾਹਤ ਯਕੀਨੀ ਬਣਾਈ। ਉਨਾ ਕਹ ਹੈ esto ਪਹਿਲਾ ਮੁੱਖ ਮੰਤਰੀ ਅਜੀਤ ਸਦੀ ਮੌਕੇ ਹੈਲੀਕਾਪਟਰਾਂ ਉੱਤੇ ਹੀ ਢੇੜਾ ਲਾ ਕੇ ਖਾਣਾ ਪੂਰਤੀ ਕਰਦੇ ਸਨ ਦਿੱਲੀ ਦੇ ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਤੁਹਾਡੇ ਬਿਨਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਤੇ ਤੁਹਾਡੇ ਸਾਥ ਨਾਲ ਸਰਕਾਰ ਸੂਬੇ ਨੂੰ ਨਵੀਂ ਬੁਲੰਦੀ ਉੱਤੇ ਪਹੁੰਚਾ ਦੇਵੇਗੀ ਸਰਕਾਰ ਸੰਨਤਕਾਰ ਮਿਲੀ ਵਿੱਚ ਮਾਜੇ ਦੇ ਵੱਡੇ ਸੰਤਕਾਰਾਂ ਅਤੇ ਉਦਮੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਿੱਧੀ ਵਿਚਾਰ ਚਰਚਾ ਕੀਤੀ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਸਨਦ ਦੇ ਚੁੱਕੇ ਕਦਮਾਂ ਦੀ ਰਜਮੀ ਤਰੀਬ ਕਰਦੇ ਆ ਉਦਮੀ ਨੇ ਕਿਹਾ ਕਿ ਪਹਿਲੀ ਵਾਰ ਵੇਖਿਆ ਕਿ ਸੱਤਾ ਪਰਵਰਤਨ ਦੇ ਨਾਲ ਵਿਵਸਥਾ ਵੀ ਬਦਲ ਗਈ ਹੈ ਹైదరాబాద్ ਤੋਂ ਆ ਕੇ ਪਿੱਖੀ ਵਿੰਡ ਆਈਟੀ ਕੰਪਨੀ ਸ਼ੁਰੂ ਕਰਨ ਵਾਲੇ ਉਦਮੀ ਵਿਕਰਮਜੀ ਸ਼ਰਮਾ ਨੇ ਕਿਹਾ ਕਿ ਮੇਰੇ ਪਿਤਾ ਮੈਨੂੰ ਵਿਦੇਸ਼ ਭੇਜਣ ਦੇ ਚਾਹਵਾਨ ਸਨ ਪਰ ਮੈਂ ਇੱਕ ਮੌਕਾ ਮੰਗਿਆ ਸੀ ਜੋ ਸਰਕਾਰ ਦੀ ਮਦਦ ਨਾਲ ਸਫਲ ਹੋਇਆ ਇਹ ਸੁਭਦਮੀ ਦੱਸਿਆ ਉਸਨੇ ਬਿਜਲੀ ਦੀ ਘੱਟ ਵੋਲਟੇਜ ਦੀ ਸ਼ਿਕਾਇਤ ਆਨਲਾਈਨ ਕੀਤੀ ਤੇ ਵਿਭਾਗ ਨੇ ਦਿਨਾਂ ਚ ਇਹ ਮਸਲਾ ਹੱਲ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਬਹੁਤ تسਲੀ ਮਿਲੀ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਸੰਦੀਪ ਖੋਸਲਾ ਨੇ ਦੱਸਿਆ ਕਿ ਸੱਤਾ ਪਰਵਰਤਨ ਨਾਲ ਵਿਵਸਥਾ ਬਦਲਦੀ ਪਹਿਲੀ ਵਾਰ ਮਹਿਸੂਸ ਹੋਈ ਹੈ ਉਹਨਾਂ ਦੱਸਿਆ ਕਿ 10 ਸਾਲ ਤੋਂ ਸਾਡੇ ਫੋਕਲ ਪੁਆਇੰਟ ਦੀ ਸਮੱਸਿਆ ਸੀ ਜੋ ਇਸ ਸਰਕਾਰ ਨੇ 14 ਕਰੋੜ ਰੁਪਏ ਦੇ ਟੈਂਡਰ ਲਾ ਕੇ ਹੱਲ ਕਰਨ ਦਾ ਤੋਹਿਆ ਕੀਤਾ ਰਜੇਸ਼ ਕੁਮਾਰ ਲਾੜੀ ਜੋ ਪੁਰਾਣੇ ਫੋਕਲ ਪੁਆਇੰਟ ਤੋਂ ਸੰਨ ਨੇ ਉੱਥੇ ਫਾਇਰ ਸਟੇਸ਼ਨ ਬਣਾਉਣ ਦੀ ਮੰਗ ਕੀਤੀ ਤਾਂ ਮੁੱਖ ਮੰਤਰੀ ਨੇ ਮੌਕੇ ਉੱਤੇ ਇਸ ਮਹੀਨੇ ਉੱਥੇ ਅੱਗ ਬੁਝਾਊ ਗੱਡੀ ਦੇਣ ਅਤੇ ਫਾਇਰ ਸਟੇਸ਼ਨ ਲਈ ਸਵਾ 2 ਕਰੋੜ ਰੁਪਏ ਦਾ ਕੰਮ ਇਸ ਮਹੀਨੇ ਦੀ 20 ਤਰੀਕ ਤੋਂ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਨਵਲ ਗੁਪਤਾ ਨੇ ਫੋਕਲ ਪੁਆਇੰਟ ਵਿੱਚ ਉਦਮੀਆਂ ਦੇ ਕੰਮਿਆਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਤਾਂ ਮੁਖ ਮੰਤਰੀ ਭਗਵੰਤ ਮਾਨ ਨੇ 20 ਥਾਵਾਂ ਤੇ ਹਾਈ ਮੈਗਾ ਪਿਕਸਲ ਦੇ ਕੈਮਰੇ ਅਗਲੇ 35 ਦਿਨਾਂ ਵਿੱਚ ਲਗਾਉਣ ਦੀ ਹਦਾਇਤ ਕੀਤੀ ਅੰਪੀਰੀਅਲ ਬਾਇਓ ਸਨਰਜੀ ਦੇ ਉਦਮੀ ਵਿਜੇ ਕੁਮਾਰ ਦੱਸਿਆ ਕਿ ਉਹ ਮੱਧ ਪ੍ਰਦੇਸ਼ ਵਿੱਚ ਕੰਮ ਸ਼ੁਰੂ ਕਰਨ ਦੇ ਚਾਹਵਾਨ ਸਨ ਪਰ ਸਰਕਾਰ ਦੀ ਹਾਂ ਪੱਖੀ ਨੀਤੀ ਤੇ ਵਿਭਾਗ ਦੇ ਅਧਿਕਾਰੀਆਂ ਦੇ ਦਿਲੋਂ ਕੀਤੀ ਮਦਦ ਨੇ ਉਸ ਨੂੰ ਪੰਜਾਬ ਵੱਲ ਖਿੱਚ ਲਿਆਂਦਾ वर्ल्ड वाइड ਫੂਡ ਦੇ ਸਰਬਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਸੈਲਰ ਲਾਉਣਾ ਚਾਹੁੰਦੇ ਸੀ ਪਰ ਲੋਕ ਡਰਾ ਦਿੰਦੇ ਸਨ ਪਰ ਹੁਣ ਜਦ ਪਹਿਲ ਕੀਤੀ ਤਾਂ ਸਾਰੇ ਕੰਮ ਦਿਨਾਂ ਵਿੱਚ ਹੀ ਹੋ ਗਏ ਤੇ 15 ਦਿਨ ਵਿੱਚ ਗ੍ਰੀਨ ਅਸਟਾਫ ਮਿਲ ਗਿਆ ਤੇ ਜਿਸ ਲਈ ਸਾਰੀਆਂ ਪਰਵਾਣੀਆਂ ਮਿਲ ਚੁੱਕੀਆਂ ਐ ਐਨ ਸੀ ਐਮ ਐਲ ਦੇ ਡਾਇਰੈਕਟਰ ਸੰਜੇ ਗੁਪਤਾ ਜੋ ਸਿੰਗਾਪੁਰ ਤੋਂ ਹਨ ਨੇ ਦੱਸਿਆ ਕਿ ਪੰਜਾਬ ਦੇ ਨਾਜ ਭੰਡਾਰ ਤੇ ਸਰਕਾਰ ਦੀਆਂ ਨੀਤੀਆਂ ਸਾਨੂੰ ਪੰਜਾਬ ਖੇਚ ਲੈ ਗਿਆ ਨੇ ਅਤੇ ਹੁਣ ਅਸੀਂ ਬਟਾਲਾ ਤੇ ਸ਼ਾੜਾ ਵਿੱਚ ਅਨਾਜ ਭੰਡਾਰ ਲਈ ਵੱਡੇ ਸਾਈਲੋ ਲਗਾ ਰਹੇ ਹਾਂ ਵਿਜੇ ਸ਼ਰਮਾ ਨੇ ਦੱਸਿਆ ਕਿ ਨੈਸ਼ਨਲ ਹੋਟਲ ਹੱਬ ਤੋਂ ਹਨ ਤੇ ਸਰਕਾਰ ਦੀਆਂ ਨੀਤੀਆਂ ਸਦਕਾ ਉਹ ਹੋਟਲ ਸੰਤ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰ ਰਹੇ ਹਨ ਵੇਵ ਬੈਵਰਜ਼ ਦੇ ਅਧਿਕਾਰੀ ਹਰਸ਼ਾ ਅਗਰਵਾਲ ਨੇ ਦੱਸਿਆ ਕਿ ਉਹ ਪਟਿਆਲਾ ਅੰਬਰਸਰ ਵਿੱਚ ਆਪਣੇ ਪਲਾਂਟਾਂ ਦੇ ਵਿਸਤਾਰ ਨਾਲ ਗੁਰਦਾਸਪੁਰ ਵਿੱਚ ਨਵਾਂ ਪਲਾਂਟ ਲਾ ਰਹੇ ਨੇ ਇਸ ਲਈ ਸਾਨੂੰ ਜਿਹੜੀ ਵੀ ਲੋੜ ਪਈ ਵਿਭਾਗ ਨੇ ਦਿਨਾਂ ਵਿੱਚ ਪੂਰੀ ਕਰਕੇ ਸਾਡਾ ਹੌਸਲਾ ਵਧਾਇਆ लाल किला बासमती वाले रविंद्रपाल सिंह ਨੇ ਸੂਬਾ ਸਰਕਾਰ ਵੱਲੋਂ ਬਾਸਮਤੀ ਉੱਪਰ ਪਾਬੰਦੀ შეੁਦਾ ਕੀਟਨਾਸ਼ਕ ਵਰਤਨ ਉੱਤੇ ਲਾਈਆਂ ਰੋਕਾਂ ਲਈ ਧੰਨਵਾਦ ਕੀਤਾ ਤੇ ਕੇਂਦਰ ਸਰਕਾਰ ਵੱਲੋਂ ਬਾਸਮਤੀ ਦੇ ਬਰਾਮਦੇ ਉੱਤੇ ਲਾਈਆਂ ਰੋਕਾਂ ਬਾਬਦ ਦੱਸਿਆ ਤਾਂ ਮੁੱਖ ਮੰਤਰੀ ਨੇ ਹਾਜ਼ਰ ਸੰਸਦ ਮੈਂਬਰਾਂ ਨੂੰ ਸੈਸ਼ਨ ਵਿੱਚ ਇਹ ਮਸਲਾ ਠਾਉਣ ਦੇ ਨਾਲ ਕੇਂਦਰੀ ਮੰਤਰੀ ਨੂੰ ਪੱਤਰ ਲਿਖਣ ਲਈ ਕਿਹਾ ਤਾਂ ਜੋ ਬਾਸਮਤੀ ਸਾਨੀ ਨਾਲ ਬਰਾਮਦ ਹੋ ਸਕੇ ਟੈਕਸਟਾਈਲ ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਵੱਲੋਂ ਸਨਤਕਾਰਾਂ ਨਾਲ ਕੀਤੀ ਮਿਲਣੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿਵਲ ਤੇ ਪੁਰਸਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਠੱਲ ਪਈਏ ਤੇ ਲੋਕ ਦੁਬਾਰਾ ਨਿਵੇਸ਼ ਵੱਲ ਮੁੜੇ ਨੇ। ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਏਪੀਐਸ ਚੱਠਾ ਨੇ ਸਰਕਾਰ ਵੱਲੋਂ ਸੈਰਸਪਾਟੇ ਦੇ ਵਿਕਾਸ ਲਈ ਵੱਡੇ ਪੱਧਰ ਉੱਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਅੰਮ੍ਰਿਤਸਰ ਵਿੱਚ ਸੈਰਸਪਾਟਾ ਵਿਭਾਗ ਲਈ ਇੱਕ ਨੋਡਲ ਅਧਿਕਾਰੀ ਲਾਉਣ ਦੀ ਵੀ ਮੰਗ ਕੀਤੀ। ਅੰਮ੍ਰਿਤਸਰ ਵੋਲਡ ਸਿਟੀ ਦੇ ਅੰਦਰ ਸਥਿਤ ਹੋਟਲ ਮਾਲਕਾਂ ਨੇ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਮੁੱਖ ਮੰਤਰੀ ਨੇ ਮੌਕੇ ਤੇ ਹੀ 19 ਸਤੰਬਰ ਨੂੰ ਸਮਾਂ ਦਿੱਤਾ ਤੇ ਮੁੱਖ ਮੰਤਰੀ ਕਿਹਾ ਕਿ ਸ਼ਹਿਰੀ ਦਰਬਾਰ ਸਭ ਨੂੰ ਜਾਂਦੇ ਰਸਤੇ ਤੇ ਇਲਾਕੇ ਨੂੰ ਵਿਕਸਿਤ ਕਰਨਾ ਸਾਡਾ ਫਰਜ਼ ਹੈ ਤੇ ਉਹ ਇਸ ਸੇਵਾ ਨੂੰ ਸਮਝ ਕੇ ਕਰਨਗੇ ਪੰਜਾਬ ਬਿਲਡਿੰਗ ਐਂਡ ਅੰਡਰ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਵੱਲੋਂ ਮਜ਼ਦੂਰਾਂ ਦੇ ਲਈ ਚਲਾਈ ਜਾ ਰਹੀ ਕਲਿਆਣਕਾਰੀ ਯੋਜਨਾ ਦੇ ਤਹਿਤ 5 ਕਰੋੜ 42 ਲੱਖ ਰੁਪਏ ਤੋਂ ਵੱਧ ਰਾਸ਼ੀ ਪਟਿਆਲਾ ਤੇ ਨਾਬਾ ਸਬਡਿਵੀਜ਼ਨ ਦੇ ਨਿਰਮਾਨ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ ਇਹ ਰਾਸ਼ੀ 2331 ਐਪਲੀਕੇਸ਼ਨ ਧਾਰਕਾਂ ਦੇ ਬੈਂਕ ਦੇ ਬੈਂਕ ਖਾਤੇ ਵਿੱਚ ਸਿੱਧੀ ਟ੍ਰਾਂਸਫਰ ਕੀਤੀ ਜਾਏਗੀ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਦੌਰਾਨ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਨੂੰ ਬੋਰਡ ਦੀ ਅਲੱਗ-ਅਲੱਗ ਭਲਾਈ ਸਕੀਮਾਂ ਤਹਿਤ ਲਾਭ ਦੇਣ ਲਈ 5 ਕਰੋੜ 43 ਲੱਖ 60000 ਰੁਪਏ ਦੀ ਰਕਮ ਸੈਕਟਰੀ ਬੋਰਡ ਤੋਂ ਮੰਗ ਕਰਨ ਦੀ ਮਨਜ਼ੂਰੀ ਦਿੱਤੀ ਹੈ ਉਨਾ ਕਿਹਾ ਕਿ ਇਹਨਾਂ ਯੋਜਨਾਵਾਂ ਦਾ ਲਾਭ ਹਰ ਪਾਤਰ ਲਾਭਪਾਤਰੀ ਨੂੰ ਦਿੱਤਾ ਜਾ ਰਿਹਾ ਹੈ ਡੀਸੀ ਨੇ ਕਿਹਾ ਕਿ ਐਸਜੀਐਮ ਪਟਿਆਲਾ ਤੇ ਨਾਬਾ ਦੀ ਅਗਵਾਈ ਚ ਸਬਡਿਵੀਜ਼ਨ ਪੱਧਰ ਤੇ ਬਣਾਈ ਗਈ ਕਮੇਟੀਆਂ ਅਤੇ ਬੋਰਡ ਦੇ ਰਜਿਸਟਰਡ ਲਾਭਪਾਤਰੀ ਨੂੰ ਬੋਰਡ ਦੀਆਂ ਸਕੀਮਾਂ ਦਾ ਲਾਭ ਦੇਣ ਲਈ ਜਿਹੜਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਲੇਬਰ ਇਨਸਪੈਕਟਰਾਂ ਵੱਲੋਂ ਉਹ ਵਿਭਿੰਨ ਯੋਜਨਾਵਾਂ ਦੇ ਤਹਿਤ ਪ੍ਰਾਪਤ ਆਨਲਾਈਨ ਐਪਲੀਕੇਸ਼ਨ ਨੂੰ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਰੱਖਿਆ ਗਿਆ ਸੀ ਤੇ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਨੂੰ ਮਨਜ਼ੂਰ ਕੀਤਾ ਡੀਸੀ ਸਾਖੀ ਸਾਨੀ ਨੇ ਕਿਹਾ ਕਿ ਵਜੀਫਾ ਯੋਜਨਾ ਐਲਟੀਸੀ ਸ਼ਗਨ ਯੋਜਨਾ ਐਕਸ ਗ੍ਰੇਸ਼ੀਆ ਯੋਜਨਾ ਦਾ ਸੰਸਕਾਰ ਯੋਜਨਾ ਪ੍ਰਸੂਤਾ ਲਾਭ ਯੋਜਨਾ ਮਾਨਸਿਕ ਰੂ ਯੋਜਨਾ ਬਾਲੜੀ ਯੋਜਨਾ ਤਹ ਪ੍ਰਾਪਤ ਬਿਨੇ ਪੱਤਰਾ ਨੂੰ ਕਮੇਟੀਾਂ ਵੱਲੋਂ ਪਾਸ ਕੀਤਾ ਗਿਆ ਬੋਰਡ ਵੱਲੋਂ ਲਾਭਪਾਤਰੀਆਂ ਨੂੰ ਸਿੱਧੇ ਉਹਨਾਂ ਖਾਤ ਬੈਂਕ ਖਾਤਿਆਂ 'ਚ ਟਰਾਂਸਫਰ ਕਰੰਤ ਕੀਤੀ ਜਾਏਗੀ ਰਕਮ ਉਹਨੇ ਕਿਹਾ ਕਿ ਲੇਬਰ ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਵੀ ਪਾਤਰ ਜਿਹੜਾ ਵਾ ਉਹ ਇਹਨਾਂ ਸਕੀਮਾਂ ਤੋਂ ਵਾਂਝਾ ਨਾ ਰਹਿ ਸਕੇ ਇਸ ਮੌਕੇ ਸਹਾਇਕ ਲੇਬਰ ਕਮਿਸ਼ਨਰ ਜਸਬੀਤ ਸਿੰਘ ਕਰੋੜ ਨੇ ਦੱਸਿਆ ਕਿ ਵਜੀਫਾ ਯੋਜਨਾ ਤਹਿਤ ਪਟਿਆਲਾ ਤੇ ਨਾਭਾ ਵਿੱਚ 225 ਐਪਲੀਕੇਸ਼ਨ ਪ੍ਰਾਪਤ ਹੋਈਆਂ ਜਿਨ੍ਹਾਂ ਤੇ 2.5 ਕਰੋੜ 50 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਨੇ ਇਸੇ ਤਰ੍ਹਾਂ ਅਨੁਗ੍ਰਹਿ ਯੋਜਨਾ ਦੇ ਤਹਿਤ 106 ਅਰਜ਼ੀਆਂ ਆਈਆਂ ਸੀ ਜਿਨ੍ਹਾਂ ਨੂੰ 2 ਕਰੋੜ 37 ਲੱਖ 40 ਹਜ਼ਾਰ ਰੁਪਏ ਦਿੱਤੇ ਗਏ ਨੇ ਦਾ ਸੰਸਕਾਰ ਯੋਜਨਾ ਤਹਿਤ 66 ਐਪਲੀਕੇਸ਼ਨ ਹੋਈਆਂ ਸੀ ਜਿਨ੍ਹਾਂ ਨੂੰ 13 ਲੱਖ 40 ਹਜ਼ਾਰ ਰੁਪਏ ਰਕਮ ਦਿੱਤੀ ਗਈ ਹੈ ਸ਼ਗਨ ਯੋਜਨਾ ਤਹਿਤ 61 ਅਰਜ਼ੀਆਂ ਆਈਆਂ ਸੀ ਜਿਨ੍ਹਾਂ ਨੂੰ 28 ਲੱਖ 31 ਹਜ਼ਾਰ ਰੁਪਏ ਦਿੱਤਾ ਗਿਆ ਐਲਟੀਸੀ ਯੋਜਨਾ ਤਹਿਤ 36 ਲਾਭਪਾਤਰੀਆਂ ਨੂੰ 352 ਹਜ਼ਾਰ ਰੁਪਏ ਪ੍ਰਸੂਤਾ ਫਾਇਦਾ ਯੋਜਨਾ ਲਈ 10 ਲਾਭਪਾਤਰੀ ਨੂੰ 98 ਹਜ਼ਾਰ ਰੁਪਏ ਤੇ ਮਾਨਸਿਕ ਬਿਮਾਰੀ ਯੋਜਨਾ ਦੇ 4 ਬਿਨੇਕਾਰਾਂ ਨੂੰ 96000 ਰੁਪਏ ਦਿੱਤੇ ਗਏ ਨੇ ਤੇ ਇਸੇ ਤਰ੍ਹਾਂ ਬਾਲਿਕਾ ਯੋਜਨਾ ਦੇ 22 ਲਾਭਪਾਤਰੀਨ ਬੋਰਡ ਦੁਆਰਾ ਜਿਹੜੀ ਰਾਸ਼ੀ ਆ ਉਹਨਾਂ ਜਿਹੜੀ ਰਾਸ਼ੀ ਉਹ ਐਫ ਡੀ ਆਰ ਜਾਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਰੋਡਵੇ ਪੰਬਸ ਪੀ ਆਰਟੀਸੀ ਕੰਟਰੈਕਟਸ ਵਰਕਰ ਦੀ ਜੂਨੀਅਰ ਦੀ ਮੀਟਿੰਗ ਦੀ ਮੰਗਾਂ ਤੇ ਵਿਚਾਰ ਵਟਾਂਦਰੇ ਲਈ ਜਿਹੜੀ ਮੀਟਿੰਗ ਸੀ ਉਹ ਟਾਲ ਦਿੱਤੀ ਗਈ ਆ ਪਿਛਲੀ ਮੀਟਿੰਗਾਂ ਤੇ ਤੇ ਇਸ ਵਾਰੀ ਮੀਟਿੰਗ ਰੱਦ ਕਰਕੇ ਹੁਣ 29 ਸਤੰਬਰ ਨੂੰ ਦਿਨ ਤੈਅ ਕੀਤਾ ਗਿਆ ਇਸ ਵਿੱਚ ਰੋਡਵੇਜ ਦੇ ਵਿੱਚ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਕਾਫੀ ਰੋਸ ਹੈ ਉਹਨਾਂ ਮੁੱਖ ਮੰਤਰੀ ਦੇ ਜਲੰਧਰ ਦੌਰੇ ਤੇ ਪਹਿਲਾਂ ਬੱਸ ਅੱਡੇ ਤੇ ਉਹਨਾਂ ਦਾ ਪੁਤਲਾ ਫੁਕਿਆ ਤੇ ਜੰਮ ਕੇ ਨਾਰੇ ਬਾਜੀ ਕੀਤੀ ਗਈ ਕਰਮਚਾਰੀਆਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ 14 ਸਤੰਬਰ ਨੂੰ ਮੀਟਿੰਗ ਜੇਕਰ ਮੁੱਖ ਮੰਤਰੀ ਪਿੱਛੇ ਹੱਡੇ ਤਾਂ ਉਹ ਬੱਸਾਂ ਦਾ ਚੱਕਾ ਜਾਮ ਕਰਨਗੇ ਕਰਮਚਾਰੀ ਆਗੂਣ ਕਹਿੰਨੇ ਕਿ 29 ਸਤੰਬਰ ਨੂੰ ਮੀਟਿੰਗ ਦਿੱਤੇ ਜਾਣ ਦੇ ਕਾਰਨ ਫਿਲਹਾਲ ਚੱਕਾ ਜਾਮ ਜਿਹੜਾ ਪ੍ਰੋਗਰਾਮ ਟਾਲ ਦਿੱਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਟਾਈਮ ਦੇ ਕੇ ਤਿੰਨ ਵਾਰਾਂ ਜਿਹੜੀ ਮੁੱਖ ਮੰਤਰੀ ਆ ਮੀਟਿੰਗ ਰੱਦ ਕਰ ਚੁੱਕੇ ਨੇ ਜੁਨੀਏ ਦੇ ਸੀਨੀਅਰ ਉਪ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ ਅਤੇ ਬਲਵਿੰਦਰ ਸਿੰਘਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਕੋਲ ਰੈਲੀ ਵਿੱਚ 1064 ਸਰਕਾਰੀ ਬੱਸਾਂ ਲੈ ਕੇ ਜਾਣ ਵਾਲੇ ਕਰਮਚਾਰੀਆਂ ਨੇ ਮੁਲਾਕਾਤ ਲਈ ਸਮਾਂ ਨਹੀਂ ਹੈ ਜੁਨੇ ਨੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਤ ਹੋ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਿੰਨਾ ਕਰਮਚਾਰੀਆਂ ਨੇ ਸੱਤਾ ਦੀ ਚਾਬੀ ਉਹਨਾਂ ਨੇ ਸੌਂਪੀ ਅੱਜ ਉਹ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਨ ਦੀ بجائے ਭੱਜ ਰਹੇ ਨੇ ਰੋਡਵੇਜ ਕਰਮਚਾਰੀ ਨੇ ਕਿਹਾ ਕਿ ਪਿਛਲੇ ਦੇਨੀ ਸਰਕਾਰ ਨੇ ਅੰਮ੍ਰਿਤਸਰ ਰੈਲੀ ਲਈ ਲਗਭਗ 1064 ਪਨ ਬਸਦ ਪੀਆਰਟੀ ਬਸਾਂ ਨੂੰ ਇਸਤੇਮਾਲ ਕੀਤਾ ਸੀ ਲੋਕਾਂ ਨੂੰ ਲਿਆਉਣ ਵਾਸਤੇ ਤੇ ਫਿਰ ਛੱਡਣ ਵਾਸਤੇ ਉਹਨਾਂ ਕਿਹਾ ਕਿ ਰੋਡਵੇਜ ਕਰਮਚਾਰੀਆਂ ਨੂੰ ਕੇਵਲ ਰਾਜਨੀਤਿਕ ਰੈਲੀਆਂ ਵਿੱਚ ਹੀ ਸ਼ਾਮਲ ਕਰਨ ਵਾਸਤੇ ਲੋਕਾਂ ਨੂੰ ਲਿਹਾਉਣ ਜਾਣ ਵਾਸਤੇ ਹੀ ਯਾਦ ਕੀਤਾ ਜਾਂਦਾ ਹੈ ਪਰ ਬਾਅਦ ਚ ਉਹਨਾਂ ਦੀਆਂ ਮੰਗਾਂ ਲੈ ਕੇ ਸਰਕਾਰ ਕੋਲ ਕੋਈ ਵੀ ਸਮਾਂ ਨਹੀਂ ਹੁੰਦਾ ਜਲੰਧਰ ਇਕੱਤਰ ਜਲੰਧਰ 2 ਡੀਪੂ ਦੇ ਗੇਟ ਤੇ ਬੋਲਦੇ ਹੋਏ ਯੂਨੀਅਨ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਜੱਲੇਵਾਲ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀ ਸਥਿਤੀ ਇਹ ਹੈ ਕਿ ਪੰਜਾਬ ਸਰਕਾਰ ਪਿਛਲੇ 2 ਸਾਲਾਂ ਅੰਦਰ ਇੱਕ ਵੀ ਨਵੀਂ ਬੱਸ ਨਹੀਂ ਖਰੀਦ ਪਾਈ ਇਥੋਂ ਤੱਕ ਕਿ ਬੱਸਾਂ ਦੇ ਰੂਟ ਨੂੰ ਵੀ ਸਮਾ ਸਰਨੇ ਨਹੀਂ ਦਿੱਤੀਗੀ ਉਹਨਾਂ ਦੇ ਟਰਾਂਸਪੋਰਟ ਮਾਫੀਆ ਰਾਜਪੂਰੀ ਤਰ੍ਹਾਂ ਕਾਬਜ ਤੇ ਹਾਵੀ ਹੋ ਚੁੱਕਾ ਹੈ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਕਿਸਾਨ ਅਤੇ ਪਸ਼ੂ ਪਾਲਣ ਮੇਲਾ ਸ਼ੁਰੂ ਹੋ ਚੁੱਕਾ ਹੈ ਇਸ ਮੌਕੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਸਨ ਤੇ ਉਹਨਾਂ ਨੇ ਕਿਸਾਨ ਮੇਲੇ ਦਾ ਉਦਘਾਟਨ ਕੀਤਾ ਕਪਤਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲ ਸਦੀਪ ਸਿੰਘ ਗੋਸਲ ਵੱਲੋਂ ਉਹਨਾਂ ਦਾ ਵਿਸ਼ੇਸ਼ ਰੂਪ ਤੇ ਸਨਮਾਨ ਕੀਤਾ ਗਿਆ ਖੁੱਡੀਆਂ ਨੇ ਕਿਹਾ ਕਿ ਅੱਜ ਜੈਵ ਖੇਤੀ ਕਾਲੀ ਕਿਸਾਨਾਂ ਨੂੰ ਸਮੇਂ ਦੀ ਜ਼ਰੂਰਤ ਹੈ ਪਰਦੇਸ਼ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਹੋ ਰਹੇ ਨੇ ਕਿਉਂਕਿ ਕੈਮੀਕਲ ਵਰਤੋਂ ਵੱਧ ਗਈ ਹੈ ਤੇ ਖੇਤ ਖੇਤੀ ਵਿੱਚ ਵੀ ਜਿਹੜੀਆਂ ਜਿੱਥੇ ਪਹਿਲਾਂ ਖੇਤੀ ਵਾਸਤੇ ਕੈਮੀਕਲ ਵਰਤੇ ਜਾ ਰਹੇ ਹੁਣ ਸਬਜ਼ੀਆਂ ਵਿੱਚ ਵੀ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਕਿ ਕੈਮੀਕਲ ਮੁਕਤ ਖੇਤੀ ਤੋ ਦੂਰ ਹੋਵੇ ਤੇ ਨਾਲ ਦੀ ਨਾਲ ਜੈਵਿਕ ਖੇਤੀ ਵੱਲ ਕਦਮ ਵਧਾਏ ਜਾਣ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਕਰਨ ਦੇ ਨਾਲ ਵੀ ਉਹਨਾਂ ਕਹੇ ਕਿ ਜੋਰ ਦੇਣਾ ਚਾਹੀਦਾ ਤਾਂ ਜੋ ਪਾਣੀ ਬਚਾਇਆ ਜਾ ਸਕੇ ਕਿਸਾਨਾਂ ਨੂੰ ਬਦਲਰਜੁਗ ਦੇ ਨਾਲ ਖੁਦ ਨੂੰ ਵੀ ਬਦਲਣਾ ਪਏਗਾ ਇਹ ਉਹਨਾਂ ਨੇ ਕਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਸ਼ੀਨੀ ਜੋਗਨ ਵਿੱਚ ਵੀ ਸਮਝਣਾ ਪਏਗਾ ਕਿ ਇਸ ਤਰ੍ਹਾਂ ਖੇਤੀ ਨੂੰ ਆਸਾਨ ਬਣਾਇਆ ਜਾ ਰਿਹਾ ਮੇਲੇ ਵਿੱਚ ਕਿਸਾਨਾਂ ਨੂੰ ਨਵੀਂ ਤਕਨੀਕੀ ਤਮੀ ਤਕਨੀਕ ਅਤੇ ਬੀਜਾਂ ਬਾਰੇ ਵੀ ਦੱਸਿਆ ਗਿਆ ਫਸਲਾਂ ਨੂੰ ਬਚਾਉਣ ਦੇ ਨਾਲ ਕੀ ਉਪਾਏ ਕਰਨੇ ਚਾਹੀਦੇ ਨੇ ਇਹਨੂੰ ਲੈ ਕੇ ਵੀ ਕਿਸਾਨਾਂ ਨੂੰ ਜਿਹੜੇ ਖੇਤੀਬਾੜੀ ਮਾਹਰ ਆ ਉਹਨਾਂ ਵੱਲੋਂ ਕਾਉਂਸਲਿੰਗ ਕੀਤੀ ਗਈ ਹੈ ਕਿਸਾਨਾਂ ਨੂੰ ਆਨਲਾਈਨ ਐਪ ਆਦਿ ਜਰੀਏ ਵੀ ਅਪਡੇਟ ਰੱਖਣ ਦੀ ਯਤਨ ਕੀਤੇ ਗਏ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਕਿ ਅਗਰ ਕਿਸੇ ਤਰ੍ਹਾਂ ਦੀ ਫਸਲ ਬਜਾਈ ਲੈ ਕੇ ਕੋਈ ਦਿੱਕਤ ਆਏ ਤਾਂ ਤੁਰੰਤ ਮਾਹਰਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਚ ਹੋਰ ਪ੍ਰਫੁੱਲਤ ਕਰਨ ਵਾਸਤੇ ਹਰ ਮਦਦਗਾਰੀ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕਹਿ ਗਿਆ ਕਿ ਪੰਜਾਬ ਸਰਕਾਰ ਜਲਦ ਨਵੀਂ ਖੇਤੀ ਲੈ ਕੇ ਆ ਰਹੀ ਹੈ ਪਾਲਿਸੀ ਬਣ ਕੇ ਤਿਆਰ ਹੈ ਬਸ ਹੁਣ ਲਾਗੂ ਕਦੋਂ ਕਰਨਾ ਇਸ ਲੈ ਨੂੰ ਲੈ ਕੇ ਵਿਚਾਰ ਵਟਾਂਦਰਾ ਚੱਲ ਰਿਹਾ ਸਰਕਾਰ ਦੀ ਕੋਸ਼ਿਸ਼ ਹੈ ਕਿ ਨਵੀਂ ਪਾਲਿਸੀ ਤੈ ਜਿਸ ਜਿਸ ਜਗ੍ਹਾ ਤੇ ਫਸਲ ਪੈਦਾ ਹੋਵੇ ਉੱਥੋਂ ਦੀ ਜਿਹੜੀ ਜ਼ਮੀਨ ਉਪਜੋਗੀ ਹੈ ਉਥੇ ਉਹ ਹੀ ਫਸਲ ਬੀਜੀ ਜਾਵੇ ਤੇ ਕਿਸਾਨਾਂ ਦਾ ਵੀ ਸਹਿਯੋਗ ਬੜਾ ਜ਼ਰੂਰੀ ਹੈ ਫਿਲਹਾਲ ਸਰਕਾਰ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਪਰ ਬਦਦੇਰੀ ਖਬਰਾਂ ਜਾਣੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ